ਪੰਜਾਬੀ ਮਸਲੇ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਜੀ। ਦੋਸਤੋ, ਪਿੱਛੇ ਜੇ ਸਿੱਧੂ ਮੂਸੇਵਾਲ ਦਾ ਇੱਕ ਗਾਣਾ ਆਇਆ ਸੀ ਜਿਸ ਵਿੱਚ ਲਾਈਨ ਸੀਗੇ ਦੱਲੇ ਹੋਮਲੈਂਡ ਬੜੇ ਤਾਂ ਉਹ ਯਾਰ ਪਿੰਡ ਰਹਿੰਦੇ ਨੇ। ਇਸ ਤੋਂ ਬਾਅਦ ਸਿੰਘੇ ਨੇ ਇੱਕ ਗਾਣਾ ਕੱਢਿਆ ਸੀ ਅਤੇ ਉਸ ਦੇ ਗਾਣੇ ਨੂੰ ਸਿੱਧੂ ਮੂਸੇਵਾਲ ਨਾਲ ਜੋੜ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤਾ ਗਿਆ ਸੀ, ਜਿਸ ਵਿੱਚ ਸਿੰਘਾ ਕਹਿੰਦਾ ਸੀ ਕਿ ਦੱਲੇ ਹੋਮਲੈਂਡ ਨਹੀਂ ਹੋ, ਇੱਥੇ ਮੌਤ ਦੇ ਵਪਾਰੀ ਰਹਿੰਦੇ ਨੇ। ਇਸ ਤੋਂ ਬਾਅਦ ਸਿੰਘੇ ਨੇ ਹੁਣ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਪਰਦਾ ਫਾਸ਼ ਕਰਦੇ ਸਿੰਘੇ ਨੇ ਦੱਸਿਆ ਕਿ ਮੈਂ ਉਹ ਰਿਪਲਾਈ ਸਿੱਧੂ ਮੂਸੇਵਾਲ ਨੂੰ ਨਹੀਂ ਬਲਕਿ ਜਿਹੜੇ ਉੱਥੇ ਨਹੀਂ ਰਹਿੰਦੇ ਅਤੇ ਜਾਣ ਕੇ ਉਵੇਂ ਦੀਆਂ ਫੀਲਿੰਗਾਂ ਲੈਂਦੇ ਨੇ ਮੈਂ ਉਹਨਾਂ ਨੂੰ ਕੀਤਾ ਸੀ। ਤੇ ਹੋਰ ਕੀ ਕਿਹਾ ਸਿੰਘੇ ਨੇ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ। ਤੇ ਹੁਣ ਇੱਕ ਤੁਸੀਂ ਗਾਣਾ ਵੀ ਕੱਢਿਆ ਸੀ ਸਿੱਧੂ ਮੂਸੇਵਾਲੇ, ਦੀਜੀ ਨੂੰ ਕਹਿ ਰਹੇ ਵੀ ਸਿੱਧੂ ਮੂਸੇਵਾਲੇ ਲਈ ਉਹ ਲਾਈਨ ਗਾਈ ਗਈ ਹੈ ਕਿ ਹੋਮਲੈਂਡ ਜਿੱਥੇ ਦੱਲੇ ਨੇ ਮੌਤ ਦੇ ਵਪਾਰੀ। ਇਹ ਗਲਤ ਇਹੀ ਤਾਂ ਗੱਲ ਨਾ, ਅਸੀਂ ਇਹਨਾਂ ਲੋਕ ਸੋਚ ਲੈਂਦੇ ਕਿ ਉਹਦੇ ਲਈ ਗਾਈ ਗਈ ਆ। ਮੈਂ ਕਿਉਂ ਗਾਊਂਗਾ ਯਾਰ ਕਿਸੇ ਲਈ, ਮੈਨੂੰ ਕੀ ਲੋੜ ਪਈ ਆ? ਮੈਂ ਤਾਂ ਉਹਦੇ ਲਈ ਗਾਈ ਆ ਜਿਹੜੇ ਮੈਨੂੰ ਉਹ ਗਾਣਾ ਸੁਣਾ ਰਹੇ ਸੀ। ਮੈਂ ਤਾਂ ਉਹਨਾਂ ਨੂੰ ਜਵਾਬ ਦਿੱਤਾ ਨਾ ਜਿਹੜੇ ਉਸ ਗਾਣੇ 'ਤੇ ਰਹਿੰਦੇ ਵੀ ਨਹੀਂ, ਉੱਥੇ ਫੀਲਿੰਗਾਂ ਬਿਨਾਂ ਵਜ੍ਹਾ ਤੋਂ ਲਈ ਜਾਂਦੇ ਨੇ। ਮੈਂ ਤਾਂ ਉਹਨਾਂ ਨੂੰ ਦੱਸਿਆ ਕਿ ਉੱਥੇ ਉਹ ਨਹੀਂ ਹੈ, ਉੱਥੇ ਮੌਤ ਦੇ ਵਪਾਰੀ ਵੀ ਰਹਿੰਦੇ ਆ। ਮੈਂ ਤਾਂ ਇਹ ਦੱਸਿਆ ਨਾ, ਹੁਣ ਗਲਤ ਲੈ ਕੇ ਜਾਣਾ ਜਿਹਨੂੰ ਮੈਂ ਉਹ ਜੀ ਸੱਦ ਕੇ ਲਈ ਜਾਣ, ਮੈਨੂੰ ਫਰਕ ਵੀ ਨਹੀਂ ਪੈਂਦਾ ਨਾ, ਅਤੇ ਨਜ਼ਾਰੇ ਲੈਣ ਜ਼ਿੰਦਗੀ ਦੇ। ਪਰ ਮੈਂ ਤਾਂ ਉਹਨਾਂ ਲਈ ਕਿਹਾ ਜਿਹੜੇ ਆਪਾਂ ਨੂੰ ਲਾ ਕੇ ਕਹਿੰਦੇ ਸੀ ਨਾ ਬਈ, ਕਿਉਂਕਿ ਸਿੱਧੀ ਗੱਲ ਹੈ ਯਾਰ, ਜਿੱਥੇ ਰਹਿੰਦੇ, ਜਿੱਥੇ ਮੇਰਾ ਘਰ ਆ, ਜਿੱਥੇ ਮੈਂ ਖਾਣਾ ਪੀਣਾ ਰਹਿੰਦਾ, ਮੈਂ ਉਸ ਚੀਜ਼ ਬਾਰੇ ਮਾੜਾ ਕਿਉਂ ਸੁਣੂੰਗਾ ਕਿਸੇ ਤੋਂ, ਹੈ ਨਾ? ਅਤੇ ਜਿਹੜੇ ਆਪਣੇ ਨਾਲ ਰਹਿ ਕੇ ਗਏ ਨੇ, ਗੱਲਾਂ ਕਰਕੇ ਬਹਿ ਕੇ, ਜਿਨ੍ਹਾਂ ਨੂੰ ਦਿਨ ਰਾਤ ਕੱਪੜੇ ਲੀੜੇ ਸਾਰਾ ਕੁਝ ਖਿਲਾਇਆ ਪਿਲਾਇਆ, ਸਾਡੀ ਇੱਕ ਥਾਲੀ 'ਚ ਖਾ ਕੇ ਗਏ ਨੇ, ਜਦੋਂ ਉਹ ਸਾਡੇ 'ਤੇ ਗੱਲਾਂ ਲਾਉਣਗੇ ਫਿਰ ਮੈਂ ਕਿਉਂ ਚੁੱਪ ਬੈਠੂੰਗਾ, ਹੈ ਨਾ? ਮੈਂ ਕਿਸੇ ਨੂੰ ਕਿਉਂ ਟਾਰਗੇਟ ਕਰਨਾ? ਅਗਲਾ ਕੰਮ ਕਰਦਾ ਆਪਣਾ ਕਰੇ, ਨਜ਼ਾਰੇ ਲਵੇ ਜ਼ਿੰਦਗੀ ਦੇ, ਹੈ ਨਾ? ਹਰੇਕ ਬੰਦੇ ਦਾ ਆਪਣਾ ਟਾਈਮ ਆਉਂਦਾ, ਅਸੀਂ ਵੀ ਕਰਦੇ ਹਾਂ, ਹੈ ਨਾ? ਵਾਹਿਗੁਰੂ ਨੇ ਦਿੱਤਾ ਆ, ਜੇ ਮਿਹਨਤ ਕੀਤੀ ਆ ਅਸੀਂ ਵੀ ਇੱਥੇ ਕਿਸੇ ਮੁਕਾਮ 'ਤੇ ਬੈਠੇ ਹਾਂ, ਅਗਲਾ ਵੀ ਵਧੀਆ ਯਾਰ ਨਾਮ ਬਣਾਇਆ, ਹੈ ਨਾ? ਸਾਰੇ ਇੰਨਾ ਪਿਆਰ ਕਰਦੇ ਨੇ ਮੇਰੇ ਖਿਆਲ 'ਚ, ਮੈਨੂੰ ਪਤਾ ਨਾ ਸਟਰਗਲ ਕਰਕੇ ਧੱਕੇ ਖਾ ਕਿੱਥੇ ਪਹੁੰਚਦਾ ਬੰਦਾ।